ਕਰ ਰਹੇ ਹੋ ਇਹ ਮੋਬਾਈਲ ਪਿੱਛੇ ਜ਼ਿੰਦਗੀ ਬਰਬਾਦ ਕੀਤੀ ਜਾ ਰਹੇ ਹੋ ਜਿਹਦੀ ਕੋਈ ਹਕੀਕਤ ਨਹੀਂ ਨੇ ਜਿਹਦਾ ਕੋਈ ਵਜੂਦ ਨਹੀਂ ਨੇ ਇੱਕ ਸਾਜ਼ਿਸ਼ ਤੇਰੇ ਤੇ ਮੇਰੇ ਖਿਲਾਫ ਐਂਡਰਾਇਡ ਇਤਨਾ ਸਸਤਾ ਹੋ ਗਿਆ ਹੈ ਗਰੀਬ ਯਤੀਮ ਮਸਕੀਨ ਰੇੜੀ ਵਾਲਾ ਫਕੀਰ ਹਰ ਕਿਸੇ ਦੇ ਕੋਲ ਮੌਜੂਦ ਹੈ ਇਹਦੇ ਸ਼ਰ ਤੋਂ ਬਚੋ ਇਹਦੇ ਇਸਤੇਮਾਲ ਜ਼ਿਆਦਾ ਤੋਂ ਬਚੋ ਇਹਦੇ ਬੁਰੇ ਇਸਤੇਮਾਲ ਤੋਂ ਬਚੋ ਇਹ ਨਾ ਹੋਏ ਕੱਲ ਕਿਆਮਤ ਨੂੰ ਤੂੰ ਆਏ ਹਜ਼ਾਰਾਂ ਨੇਕੀਆਂ ਲੈ ਕੇ ਆਏ ਅਬੂ ਮੂਸਾ ਸ਼ਰੀ ਦੀ ਰਵਾਇਤ ਦੇ ਮੁਤਾਬਕ ਤੇਰੀਆਂ ਸਾਰੀਆਂ ਨੇਕੀਆਂ ਨੂੰ ਇੱਕ ਜ਼ਰੇ ਦੀ ਤਰ੍ਹਾਂ ਉਡਾ ਕੇ ਰੱਖ ਦਿੱਤਾ ਜਾਏ ਵੀਰਿਆ ਇੱਕ ਮੋਬਾਈਲ ਤੋਂ ਦੂਰ ਰਿਹਾ ਕਰ ਸਿਰਫ ਮੌਕੇ ਦੀ ਮੌਕੇ ਯੂਜ਼ ਕਰਿਆ ਕਰ ਮੈਂ ਉਹ ਵੀ ਗੱਲ ਤੇ ਜ਼ਰੂਰੀ ਕਰਾਂ ਅੱਜ ਕੱਲ੍ਹ ਤੇ ਟਿਕਟਾਕ ਦਾ ਦੌਰ ਹੈ ਨਾ ਅੱਜ ਕੱਲ੍ਹ ਤੇ ਪੱਪਜੀ ਦਾ ਦੌਰ ਹੈ ਖੁਦਾ ਦੀ ਕਸਮੇ ਨੌਜਵਾਨ ਪਕੜਦਾ ਸਾਰੀ ਸਾਰੀ ਰਾਤ ਪੱਪਜੀ ਤੇ ਹੀ ਬਰਬਾਦ ਕਰ ਦਿੰਦਾ ਵੀਰਾਂ ਇੱਕ ਇੱਕ ਪਲ ਦਾ ਪੁੱਛਿਆ ਜਾਏਗਾ ਕਿੱਥੇ ਗੁਦਾਰ ਕੇ ਆਇਆ ਕਿ ਮੋਬਾਈਲ ਪਕੜਦਾ ਸਨੈਕ ਚਲਾਈ ਤੇ ਰਾਤ ਪੂਰੀ ਗੁਦਾਰ ਦਿੱਤੀ ਨਾ 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 ਵੀਰਾ ਅੱਜ ਕੱਲ ਨਵਾਂ ਹੀ ਇੱਕ ਕੱਟਾ ਖੁੱਲਿਆ ਏ ਜੀ ਕਿਸੇ ਨੂੰ ਇਨਵਾਈਟ ਕਰੋ ਜੇ ਸਨੈਕ ਤੇ ਕਰੋ ਤੇ 140 ਰੁਪਏ ਮਿਲਦੇ ਨੇ ਟਿਕਟਾਕ ਤੇ ਕਰੋ ਇੰਨੇ ਰੁਪਏ ਮਿਲਦੇ ਨੇ ਵੀਰਾ ਏ ਬੇਖਿਆਈ ਦੀ ਦਾਵਤ ਪਿਲਾ ਰਿਹਾ ਏ ਬੇਖਿਆਈ ਵਾਸਤੇ ਮਦੂ ਕਰ ਰਿਹਾ ਏ ਕਿਸੇ ਨੂੰ ਬੇਖਿਆਈ ਵਾਸਤੇ ਇਨਵਾਈਟ ਕਰ ਰਿਹਾ ਏ ਜਦ ਤੱਕ ਬੇਖਿਆਈ ਚਲਾਉਂਦਾ ਰਹੇਗਾ ਤੇਰੀ ਜਹੰਨਮ ਦਾ ਸਫ਼ਰ ਜਾਰੀ ਰਹੇਗਾ ਵੀਰਾ ਏ ਪੈਸੇ ਨਹੀਂ ਹੂੰ ਜਹੰਨਮ ਦਾ ਬਾਲਣ ਦੱਸ ਜਦੋਂ ਟਿਕਟਾਕ ਨਹੀਂ ਸੀ ਕਿਉਂ ਉਦੋਂ ਇਨਸਾਨ ਗਜ਼ਾ ਨਹੀਂ ਸੀ ਖਾਂਦੇ ਜਾਂ ਜਦੋਂ ਸਨੈਕ ਨਹੀਂ ਸੀ ਉਦੋਂ ਲੋਕ ਨਹੀਂ ਸੀ ਕਮਾਉਂਦੇ ਖੁਦਾ ਤਾਂ ਵਾਸਤੇ ਨੈਪ ਦਾ ਬਾਈਕਾਟ ਕਰੋ ਬੱਚੋ ਇਸ ਮੋਬਾਈਲ ਦੀ ਫਾਸ਼ੀ ਤੋਂ।